बिस्मिल्लाहिर्रहमानिर्रहीम अस्सलाम वालेकुम मेरे प्यारे बहन भी जहाँ भी रहो खुश रहो बादरत में शांत दे मुस्कराते रहो अल्हम्दुलिल्लाह मैं बिल्कुल ठीक ठाक हूँ। उम्मीद करनी किन्ने कि मेरे बहन बच्चन बिल्कुल ठीक ठाक खरीय तो सही ताज विलाग देना शुरू करने सब तो पहले सारे बहन बहन सुबह खैर अल्लाह पाक आम तंदुरुस्ती सेहत देवे। अज असी नाश्ता देना शिकवंजी का बनाया शिकवंजी वाले बर्तन देना सवेरा चौक के देना हूँ धोन लगी है सारे ने शिकवंजी जेना पीती हैगी है क्योंकि जेना चाय तो सुबह सुबह बिल्कुल जेना दिल जेना नहीं करता है तो असं आख्या जेना शिकवंजी बना के जेना सारे पीने टोटली चाड़ू वगैरह जेना रूह फातमा लाल है शिकवंजी जेना सवेरा ने बनाई हैगी है तो हूँ जेना असी उत्तों जेना मैं आख जेना सारा फरश वगैरह जेना वो आ जेना धो लें जा फिर जेना उसे चला गया चल के जेना पैप वगैरह जेना लाने ला के जेना उत्तों फरश दोने किचन दिनिया चीज़ा है वो टोटली चल के जेना बहर कड़ने तो बिल्कुल अच चमका देनिया है किचन दिन टोटली सारिया देसी चीज़ा क्योंकि गट्टा मिट्टी जेना काफ़ी सारा जेना बने पे चलने चल के उत्ते आद बन पाइए जेना सारा काम जेना शेयर करने टोटली सारिया चीज़ा जेना बाहर कड़ने कड़ के सू फरश पाइए दो सारिया चीज़ा जेना दो लेने गस्सा मिट्टी या फिर अपील हो हालांकि जेना अंदर आ चीज जेना पाई है साल जेना जो अंधेरी आँधी ना उस वक्त ज्यादा जेना सा ਆਪਾਂ ਜਾ ਫਿਰ ਨਹੀਂ ਪਲੇਟਾਂ ਹੀ ਜਾਣਾ ਵਾਲੀਆਂ ਆ ਜੇ ਨੂੰ ਸਰਾ ਪਾ ਕੇ ਇਕੱਠਾ ਮਿੱਟੀ ਚੈੱਕ ਕਰੋ ਉਧਰ ਕਿੰਨਾ ਜਿਹਨਾਂ ਆਇਆ ਪਿਆ ਸਾਰਾ ਤੇ ਹੁਣ ਜੇ ਨਹੀਂ ਦੇ ਕੇ ਸਰਾ ਪਾ ਕੇ ਅੱਛੇ ਤਰੀਕੇ ਸੂਚਾ ਫੇਰ ਕੇ ਨਾ ਬਿਲਕੁਲ ਚਮਕਾ ਦਿਖਾਣੀ ਹਾਂਜੀ ਅਤੇ ਇੰਤਜ਼ਾਰ ਦੀਆਂ ਗੜੀਆਂ ਖਤਮ ਹੋ ਗਈਆਂ ਚਾਚੂ ਮਿਸਤਰੀ ਹੋਰ ਜਿੰਨਾ ਆ ਗਏ ਨੇ ਉੱਧਰ ਦੁਕਾਨ ਬੈਠੇ ਨੇ ਬਲਬ ਨੂੰ ਮਿਸਤਰੀ ਅਤੇ ਅੰਮੀ ਜੀ ਸ਼ਿਵੰਜੀ ਬਣਾ ਰਹੀਆਂ ਨੇ ਮੈਂ ਬਣਾ ਲਵਾਂ ਕਿਉਂਕਿ ਉੱਤੋਂ ਮੈਂ ਉੰਨੀ ਦੇਰ ਜਿੰਨੀ ਸਾਫ਼ ਸਫਾਈ ਹੋ ਗਈ ਨਾ ਸਾਰੀਆਂ ਚੀਜ਼ਾਂ ਜਿਹੜਾ ਕੱਢ ਲਈਆਂ ਨੇ ਹੁਣ ਮੈਂ ਤਾਂ ਮੇਰੀ ਫਿਰ ਉੱਧਰ ਚਲੇ ਜਾਣਾ ਪਿੱਛੋਂ ਤੁਸੀਂ ਸਫਾਈਆਂ ਕਰਨੀਆਂ ਨੇ ਹਾਂ ਚਾਚੂ ਹਾਂ ਕੰਮ ਕੁੰਮ ਉਧਵਾ ਜਿਹੜੇ ਦਿਖਾ ਦਿਆ ਕੋ ਜਿਹਨੇ ਅਦਲਾ ਕੀਤਾ ਜਦੋਂ ਸਾਰਾ ਉਹ ਵਾਲਾ ਹੀ ਇਨਸ਼ਾ ਨਾ ਦੇ ਨਾਲ ਆ ਹਾਂਜੀ ਕਿਉਂਕਿ ਜੇ ਨਾ ਚਾਹੇ ਸੁਬਾਹ ਜੇ ਨਾ ਬਾਈ ਔਰੰਗ ਜੇ ਨਾ ਕੀ ਨਹੀਂ ਹੈਗੀ ਸੀ ਉਹਨਾਂ ਦੁੱਧ ਜਿਹੜਾ ਥੋੜ੍ਹਾ ਹੈਗਾ ਸਥਾਨ ਪਰ ਥੋੜ੍ਹਾ ਦਿੱਤਾ ਫਿਰ ਮੈਂ ਆਖਿਆ ਜੇ ਕਿਉਂਕਿ ਬਾਈ ਔਰ ਜੇ ਨਾ ਚਾਰ ਪੰਜ ਜਣੇ ਹੈਗੇ ਸ਼ਿਕੰਜੀ ਜੇ ਅਸੀਂ ਖੁਦ ਹੀ ਸ਼ਿਕੰਜੀ ਪੀਤੀ ਹੈ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਹੈਗਾ ਬਾਈ ਔਰਾਂ ਵਾਸਤੇ ਸ਼ਿਕੰਜੀ ਜੇ ਨਾ ਚਲੋ ਠੀਕ ਹੈ ਬਣਾ ਹਾਂਜੀ ਅਤੇ ਪੈਟਰੋਲ ਵਗੈਰਾ ਚੁੱਕ ਲੈ ਕੇ ਫਿਰ ਜੇ ਨਾ ਮੋਟਰ ਵਗੈਰਾ ਹੀ ਚਲਾਉਣੀ ਅਤੇ ਚਾਚੂ ਜੀ ਔਰ ਜੇ ਨਾ ਅੱਗੇ ਅੱਗੇ ਜਾ ਰਹੇ ਨੇ ਅਤੇ ਚੱਲਦੇ ਹਾਂ ਫਿਰ ਅੱਜ ਨਾ ਇਨਸ਼ਾਅੱਲਾ ਮਸਜਿਦ ਦਾ ਕੰਮ ਜੇ ਨਾ ਸ਼ੁਰੂ ਹੋ ਰਿਹਾ ਔਰ ਜੀ ਇੱਥੇ ਮਾਸ਼ਾਅੱਲਾ ਮਸਜਿਦ ਜਿੰਨਾ ਪਹੁੰਚ ਆਏ ਚਾਚੂ ਮਿਸਤਰੀ ਹੋਰੀ ਪਹੁੰਚ ਆਏ ਨੇ ਅਤੇ ਕੰਮ ਜਿੰਨਾ ਸ਼ੁਰੂ ਕਰਨ ਲੱਗੇ ਜਲਦੀ ਲੇਕਿਨ ਜਿੰਨਾ ਚਾਚੂ ਸਮਾਨ ਮੇਰੇ ਖਿਆਲ ਘਰ ਬੋਲਿਆ ਨਹੀਂ ਘਰ ਨਹੀਂ ਬੋਲਿਆ ਹੈ ਜਿਹੜੇ ਨਾ ਉੱਥੇ ਦੂਸਰੇ ਘਰ ਜਿਹੜੇ ਕੰਮ ਕਰਦੇ ਨੇ ਉੱਥੇ ਜਿਹੜੇ ਨੇ ਰਹਿ ਗਏ ਅੱਛਾ ਉੱਥੇ ਰਹਿ ਕੇ ਜਾ ਰਿਹਾ ਤੇ ਖੁਦ ਜਿਹੜੇ ਨਾ ਮਿਸਤਰੀ ਲੈ ਗਿਆ ਇੱਕ ਮਿਸਤਰੀ ਹੋਰ ਹਨ ਮਜ਼ਦੂਰ ਚਲ ਠੀਕ ਹੈ ਕਿਉਂ ਇੱਥੇ ਕਾਫੀ ਸਾਰਾ ਕੰਮ ਹੈ ਉੱਚਾ ਕੰਮ ਹੈ ਨਾ ਉਹਦੇ ਨਾਲ ਜਿਹੜੇ ਨਾ ਚਾਹ ਕੇ ਪਹਿਲਾਂ ਪੜਾਣੀਆਂ ਹੋਰ ਤਰ੍ਹਾਂ ਜਿਹੜੇ ਨਾ ਸਾਰਾ ਹਾਂ ਠੀਕ ਹੈ ਬਿਲਕੁਲ
ਤੇ ਬਾਕੀ ਮੋਟਰ ਦੇ ਵਿੱਚ ਇਹਨਾਂ ਪੈਟਰੋਲ ਵਗੈਰਾ ਪਾ ਦਿੱਤਾ ਤੇ ਹੁਣ ਜਿੰਨਾ ਚਲਾਉਂਦੇ ਉਧਰ ਜਿੰਨਾ ਪੈਂਪ ਲਾਇਆ ਉਹਨਾਂ ਫਿਰ ਜਿੰਨਾ ਇਹਨੂੰ ਚਲਾਉਂਦੇ ਹਾਂ। ਔਰ ਅੱਜ ਜਿੰਨਾ ਟੀਅਰ ਰੰਗ ਕਰਨੇ ਯਾਨੀ ਜਿੰਨਾ ਕੜੀਆਂ ਵਗੈਰਾ ਰੰਗ ਕਰਨੀਆਂ ਤੇ ਇਸ ਵਜ੍ਹਾ ਜਿੰਨਾ ਕੜੀਆਂ ਇੱਥੋਂ ਜਿੰਨਾ ਘਰੋਂ ਲੈ ਕੇ ਜਾ ਰਿਹਾ ਅਤੇ ਉਸ ਸਾਈਡ 'ਤੇ ਜਾ ਰਿਹਾ ਤਾਂ ਕਿ ਜਿੰਨਾ ਉੱਥੇ ਫਿਰ ਰੰਗ ਵਗੈਰਾ ਕਰਨੀ ਅਤੇ ਉੱਥੇ ਆਸਾਨੀ ਨਾਲ ਹੋ ਜਾਵੇ। ਇੱਥੇ ਬਿਲਕੁਲ ਜਿੰਨਾ ਵਿੱਚ ਪਈਆਂ ਨੇ ਇੱਥੇ ਬਿਲਕੁਲ ਰੰਗ ਨਹੀਂ ਆਉਣੀ। ਅਤੇ ਚਲੋ ਇੱਕ ਇੱਕ ਕਰਕੇ ਜਿੰਨਾ ਹੁਣ ਬਾਹਰ ਕੱਢਣਾ ਅਤੇ ਤੁਹਾਨੂੰ ਦਿਖਾਉਂਦੇ ਹਾਂ। ਹਾਂਜੀ ਜੀ, ਮਾਸ਼ਾਅੱਲਾ ਦੇ ਨਾਲ ਜ਼ਿਆਦਾ ਜਿੰਨਾ ਕੜੀਆਂ ਬਾਹਰ ਕੱਢ ਲਈਆਂ ਨੇ ਅਤੇ ਬਾਕੀ ਜਿੰਨਾ ਥੋੜ੍ਹੀਆਂ ਜਿਹੀ ਰਹਿ ਗਈਆਂ ਨੇ ਹੁਣ ਕੱਢ ਲੈਂਦੇ ਹਾਂ, ਫਿਰ ਜਿੰਨਾ ਉੱਧਰ ਇਹਨਾਂ ਰੰਗ ਕਰਨਾ ਸ਼ੁਰੂ ਕਰਨੇ ਹਾਂ। ਹਾਂਜੀ, ਅਤੇ ਕੜੀਆਂ ਵਗੈਰਾ ਜਿੰਨਾ ਉੱਧਰ ਰੱਖ ਦਿੱਤੇ ਨੇ, ਮੈਂ ਕਿਹਾ ਜਿੰਨਾ ਹੱਥ ਮੂੰਹ ਹੀ ਧੋ ਲੈਂਦਾ ਅਤੇ ਗਾਡਰ ਜਿੰਨਾ ਮਾਸ਼ਾਅੱਲਾ ਮਾਸ਼ਾਅੱਲਾ ਇੱਥੇ ਪਹੁੰਚ ਆਉਣੇ ਤੋਂ ਜਿੰਨਾ ਥੋੜ੍ਹੀ ਦੇਰ ਤੱਕ ਜਿੰਨਾ ਉੱਥਰ ਉੱਥੇ ਉਹ ਜਿੰਨਾ ਉੱਤੇ ਹੀ ਰੱਖਦੇ ਨੇ, ਬਾਕੀ ਸ਼ਾਨ ਔਰ ਜਿੰਨਾ ਹੁਣ ਕੜੀਆਂ ਦਵਾਈਆਂ ਨੇ ਅਤੇ ਮੂੰਹ ਵਗੈਰਾ ਜਿੰਨਾ ਉਹੀ ਧੋ ਰਹੇ ਨੇ। ਇਹ ਅੱਛਾ ਸ਼ਾਨ ਜਿਹੜਾ ਇੱਥੇ ਨਲਕਾ ਲੱਗਾ ਇਵੇਂ ਨਾ ਹੈ ਤਾਂ ਮੋਟਰ ਲੱਗੇ, ਲੇਕਿਨ ਮੋਟਰ ਵਾਲੀ ਚਲਾਈ ਨਹੀਂ, ਮੈਂ ਕਿਹਾ ਜਿੰਨਾ ਨਲਕਾ ਯੂਜ਼ ਕਰ ਲੈਂਦੇ ਹਾਂ। ਔਰ ਇੱਥੇ ਮਾਸ਼ਾਅੱਲਾ ਜਿੰਨਾ ਕੜੀਆਂ ਰੰਗ ਹੋਣਾ ਸ਼ੁਰੂ ਹੋ ਗਈਆਂ ਨੇ ਅਤੇ ਚਾਚੂ ਜੀ ਜਿੰਨਾ ਜਲਦੀ ਜਲਦੀ ਕਰ ਰਹੇ ਨੇ, ਹੋ ਗਈਆਂ ਨੇ ਪੂਰੀਆਂ, ਉਹ ਬਾਹਰ ਹੀ ਪਈਆਂ ਨੇ ਬਾਕੀ। ਇੱਥੇ ਜਿੰਨਾ ਸਾਰੀਆਂ ਕੜੀਆਂ ਵਗੈਰਾ ਜੋੜ ਦਿੱਤੀਆਂ ਨੇ ਅਤੇ ਗਾਡਰ ਜਿੰਨਾ ਉੱਧਰ ਮਸਜਿਦ ਦੇ ਵਿੱਚ ਪਹੁੰਚ ਹੀ ਗਏ ਨੇ। ਹਾਂਜੀ, ਤਾਂ ਇੱਥੇ ਛਾਉਣ ਦੇ ਥੱਲੇ ਜਿੰਨਾ ਬੈਠੇ ਰਹੇ ਕਿਉਂਕਿ ਬਾਹਰ ਜਿੰਨਾ ਗਰਮੀ ਬਹੁਤ ਜ਼ਿਆਦਾ ਅਤੇ ਇੱਥੇ ਪਤਾ ਹੀ ਨਹੀਂ ਲੱਗਿਆ, ਕਾਫੀ ਟਾਈਮ ਹੋ ਗਿਆ ਅਤੇ ਮੋਟਰ ਜਿੰਨਾ ਹਾਲੀ ਤੱਕ ਉਹਨਾਂ ਨਹੀਂ ਚਲਾਈ ਕਿਉਂਕਿ ਜਿਸ ਜਿੰਨਾ ਜ਼ਰੂਰਤ ਪਈ ਉਸ ਜਿੰਨਾ ਚਲਾ ਲਵਣਗੇ। ਗਾਡਰ ਮਾਸ਼ਾਅੱਲਾ ਮਾਸ਼ਾਅੱਲਾ ਜਿੰਨਾ ਬਰਾਮਦੇ ਦੇ ਉੱਤੇ ਜਿੰਨਾ ਪਹੁੰਚ ਗਏ ਨੇ ਅਤੇ ਮੇਰੇ ਖਿਆਲ ਦੂਸਰੇ ਜਿੰਨਾ ਮਸਜਿਦ ਦੇ ਉੱਤੇ ਜਿੰਨਾ ਪਹੁੰਚ ਗਏ ਨੇ, ਇੱਕ ਹੀ ਗਾਡਰ ਰਹਿੰਦਾ ਇਹ ਜਿੰਨਾ ਪਹੁੰਚਾ ਰਹੇ ਨੇ, ਇਸ ਤਰ੍ਹਾਂ ਰੱਸੀ ਦੀ ਮਦਦ ਜਿੰਨਾ ਉੱਤੇ ਪਹੁੰਚਾ ਰਹੇ ਨੇ ਗਾਡਰ। ਹਾਂਜੀ, ਕੁਝ ਇਸ ਤਰ੍ਹਾਂ ਜਿੰਨਾ ਗਾਡਰ ਉੱਤੇ ਪਹੁੰਚਾ ਰਹੇ ਨੇ, ਇਹ ਤਾਂ ਬਰਾਮਦੇ ਦੇ ਹੋ ਗਏ ਅਤੇ ਬਾਕੀ ਜਿਹੜੇ ਰੋੜੇ ਵਗੈਰਾ ਪਹਿਨਤੇ ਸੋਚਦ ਮਾਸ਼ਾਅੱਲਾ ਮਸਜਿਦ ਦੇ ਗਾਡਰ ਜਿੰਨਾ ਉਹ ਹੀ ਉੱਤੇ ਪਹੁੰਚ ਆਏ ਨੇ ਅਤੇ ਇਨਸ਼ਾਅੱਲਾ ਜਲਦੀ ਜਿੰਨਾ ਸੁਬਹ ਜਾਂ ਪਰਸੋਂ ਤੱਕ ਜਿੰਨਾ ਛੱਤ ਮੁਕੰਮਲ ਹੋ ਜਾਵੇਗੀ ਇਨਸ਼ਾਅੱਲਾ। ਔਰ ਚਾਚੂ ਜਿੰਨਾ ਆਪਣੇ ਹਥਿਆਰ ਵਗੈਰਾ ਜਿੰਨਾ ਬੋਰੀ ਵਿੱਚ ਪਾ ਕੇ ਲੈ ਕੇ ਆ ਗਏ ਸੀ, ਬੱਠਲ ਮੇਰੇ ਖਿਆਲ ਹੁਣ ਲੈਂਦੇ ਨੇ। ਚਲੋ ਠੀਕ ਹੈ ਜੀ, ਹੁਣ ਮਸਾਲਾ ਕਿੱਥੇ ਬਣਾਉਣਾ ਇਹਨੇ? ਤੈਨੂੰ ਫਿਰ ਚੁੱਕ ਲੈਣੇ? ਚਲੋ ਠੀਕ ਹੈ, ਅੱਛਾ ਫਿਰ ਠੀਕ ਹੈ, ਠੀਕ ਹੈ। ਹਾਂ, ਛੱਤ ਪੈਣੀ ਨਾ, ਹਾਂਜੀ ਮਾਸ਼ਾਅੱਲਾ। ਇੱਥੇ ਜਿੰਨਾ ਕੜੀਆਂ ਕੁਝ ਜਿੰਨਾ ਰੰਗ ਹੋ ਗਈਆਂ ਨੇ, ਕੁਝ ਜਿੰਨਾ ਬਾਕੀ ਰਹਿੰਦੀਆਂ ਨੇ ਅਤੇ ਉਹ ਜਿੰਨਾ ਚਾਚੂ ਜੀ ਤੇਜ਼ੀ ਨਾਲ ਰੰਗ ਕਰ ਰਹੇ ਨੇ। ਫਿਰ ਧੁੱਪ ਤੁਹਾਨੂੰ ਹੀ ਲੱਗਣੀ ਹੈ, ਜਲਦੀ ਨਾਲ ਜਲਦੀ ਕਰ ਲਓ, ਜਲਦੀ ਜਲਦੀ ਕੀਤੀ। ਹਾਂਜੀ, ਰੰਗ ਥੋੜ੍ਹੀ ਤਾਂ ਨਹੀਂ ਪੈਂਦੀ? ਚਲੋ ਠੀਕ ਹੈ, ਚਲੋ ਪੂਰੀ। ਹਾਂ, ਰੰਗ ਬਿਹਤਰੀਨ ਹੋ ਰਹੀ ਮਾਸ਼ਾਅੱਲਾ। ਹਾਂ, ਸਾਰੇ ਸਾਰੇ ਗਾਡਰ ਮੁਕੰਮਲ ਹੋ ਗਏ ਨੇ ਉੱਤੇ। ਹਾਂਜੀ, ਉਧਰ ਥੋੜੇ ਬਹੁਤੇ ਹੈ ਨਾ ਸੁਰਾਖ ਵਗੈਰਾ, ਉਹ ਭਰ ਰਹੇ ਨੇ। ਹਾਂਜੀ, ਉਸ ਤੋਂ ਬਾਅਦ ਉੱਤੇ ਟੀਅਰ ਚੜਾਵਣਗੇ, ਫਿਰ ਟਾਈਲਾਂ ਇਨਸ਼ਾਅੱਲਾ ਚੜਾਵਣਗੇ। ਹਾਂਜੀ, ਤੇ ਵਕਤ ਆ ਗਿਆ ਜੀ ਮੋਟਰ ਨੂੰ ਚਲਾਵਣ ਦਾ, ਚਲੋ ਜੀ ਸ਼ੁਰੂ ਕਰੋ ਬਿਸਮਿਲ੍ਲਾ ਪੜ੍ਹ ਕੇ। ਖੈਰ ਸੁਖ ਰੱਖੇ, ਖੈਰ। ਹਾਂਜੀ, ਕਾਫੀ ਦਿਨ ਹੋ ਗਏ ਸ਼ੁਰੂ ਤਾਂ ਨਹੀਂ ਹੋਏ।
ਰੇਸ ਵਗੈਰਾ ਦੇਖ ਲਓ ਇੱਥੋਂ ਤੋਂ ਆਉਣੇ ਨਹੀਂ ਨਹੀਂ ਆਉਣੇ ਕਾਫੀ ਦਿਨ ਹੋ ਗਿਆ ਨੇ ਇਸ ਵਜ੍ਹਾ ਜਿੰਨਾ ਥੋੜ੍ਹਾ ਲੇਟ ਚੱਲਿਆ ਨਹੀਂ ਕੱਲ੍ਹ ਤੋਂ ਪਹਿਲਾਂ ਹੀ ਜਾਣਾ ਨਹੀਂ ਚੱਲ ਗਿਆ ਬਸ ਇੱਥੇ ਹੁਣ ਟਾਈਮ ਠੀਕ ਹੈ ਸਹੀ ਉੱਧਰ ਅੱਗੇ ਜਿੰਨਾ ਪਾਣੀ ਤੁਹਾਨੂੰ ਦਿਖਾ ਦਿੰਦਾ ਪਾਣੀ ਕੈਸਾ ਆ ਰਿਹਾ ਹਾਂ ਰੇਤ ਨੂੰ ਮਾਸ਼ਾਅੱਲਾ ਜਿੰਨਾ ਪਾਣੀ ਵਗੈਰਾ ਲਾ ਰਹੇ ਤਾਂ ਕਿ ਹਵਾ ਚੱਲੀ ਹੋ ਬਈ ਫਿਰ ਸਾਰੀ ਜਾਇਆ ਹੋ ਜਾਣੀ ਚੰਗਾ ਨਿੱਘਾ ਕਰਕੇ ਬਾਈ ਲਾ ਦੇ ਜੀ ਤਾਂ ਮਾਸ਼ਾਅੱਲਾ ਕੰਮ ਜਿੰਨਾ ਮਸਜਿਦ ਦਾ ਸ਼ੁਰੂ ਹੋ ਗਿਆ ਮੈਂ ਕਿਹਾ ਜਿੰਨਾ ਤੁਹਾਨੂੰ ਦਿਖਾ ਦਿਆਂ ਬਾਕੀ ਰੇਤ ਇੱਥੇ ਜਿੰਨਾ ਰੱਖ ਦਿੱਤੀ ਮਸਾਲਾ ਵਗੈਰਾ ਕਿਉਂਕਿ ਬਣਾਉਣਾ ਅਤੇ ਚਾਚੂ ਜੀ ਜਿੰਨਾ ਥੋੜ੍ਹਾ ਬਹੁਤਾ ਕੰਮ ਜਿੰਨਾ ਸ਼ੁਰੂ ਕਰ ਰਹੇ ਨੇ ਗਾਡਰ ਜਿੰਨਾ ਸੈੱਟ ਕਰ ਰਹੇ ਨੇ ਜਿਹੜੀ ਗਾਡਰ ਜਿੰਨਾ ਲੈਵਲ ਜਿਹੜਾਣੀ ਉਹ ਜਿੰਨਾ ਸੈੱਟ ਕਰ ਰਹੇ ਨੇ ਅਤੇ ਜਿਹੜੇ ਕੋਈ ਇਜ਼ਾਫੀ ਏਟ ਵਗੈਰਾ ਲੱਗੀ ਉਹਨੂੰ ਪੱਟ ਰਹੇ ਨੇ ਬਾਕੀ ਛਾਪਰ ਵਗੈਰਾ ਜਿੰਨਾ ਇੱਥੇ ਰੱਖ ਦਿੱਤਾ ਚਾਚੂ ਜਿੰਨਾ ਸੀਮਿੰਟ ਲੈਣ ਗਏ ਅਤੇ ਤਾਲੀ ਇੱਥੇ ਪਈ ਅਤੇ ਸਾਹਮਣੇ ਵਾਲੀ ਗਾਡਰ ਜਿੰਨਾ ਥੱਲੇ ਕਰ ਲੈਣ ਅਤੇ ਉਹਨਾਂ ਵਾਲੀ ਛੇਦ ਵਗੈਰਾ ਜਿੰਨਾ ਸੁਰਾਖ ਵਗੈਰਾ ਕਰਕੇ ਅਤੇ ਗਾਡਰ ਜਿੰਨਾ ਠੀਕ ਕਰ ਰਹੇ ਨੇ ਫਿਰ ਇਹਦੇ ਉੱਤੇ ਟੀਅਰ ਵਗੈਰਾ ਲੱਗਣਗੇ ਅਤੇ ਇਨਸ਼ਾਅੱਲਾ ਛੱਤ ਜਿੰਨਾ ਫਿਰ ਮੁਕੰਮਲ ਕਰਨਗੇ ਟਾਈਲਾਂ ਵਗੈਰਾ ਉੱਥੇ ਪਈਆਂ ਨੇ ਉੱਤੇ ਜਿੰਨਾ ਪਕੜਾ ਕੇ ਜਿੰਨਾ ਫਿਰ ਕਰਨਗੇ ਹਾਂਜੀ ਅਤੇ ਮਸਾਲਾ ਵਗੈਰਾ ਜਿੰਨਾ ਲੈ ਕੇ ਆ ਗਏ ਸੀ ਅਤੇ ਹੁਣ ਜਿੰਨਾ ਮਿਕਸ ਵਗੈਰਾ ਕਰ ਰਹੇ ਨੇ ਅਤੇ ਮੈਂ ਜਿੰਨਾ ਹੁਣ ਘਰ ਚਲਾ ਜਾਂਦਾ ਥੋੜ੍ਹਾ ਬਹੁਤਾ ਜਿੰਨਾ ਗਰੂ ਪਾਣੀ ਵਗੈਰਾ ਪੀ ਆਉਂਦਾ ਜਾਂ ਫਿਰ ਜਿੰਨਾ ਨਹਾ ਕੇ ਅਤੇ ਫਿਰ ਜਿੰਨਾ ਇੱਥੇ ਦੁਬਾਰਾ ਆ ਜਾਵਾਂਗਾ ਚਾਚੂ ਜਿੰਨਾ ਉੱਥੋਂ ਤੱਕ ਕੰਮ ਕਰਦੇ ਨੇ ਆਬੂ ਜੀ ਬਾਕੀ ਜਿੰਨਾ ਇੱਥੇ ਜਾਂਦੇ ਬਲੀ ਤੂੰ ਜਾਣਾ ਘਰ ਚਲੋ ਠੀਕ ਆ ਜਾ ਚਲੀਏ ਔਰ ਕੜੀਆਂ ਮਾਸ਼ਾਅੱਲਾ ਜਿੰਨਾ ਕਾਫੀ ਸਾਰੀਆਂ ਹੋ ਗਈਆਂ ਅਤੇ ਤਕਰੀਬਨ ਅੱਧੀਆਂ ਹੋਈਆਂ ਸੁਣੀਆਂ ਤਦੀਆਂ ਜਿੰਨਾ ਰਹਿੰਦੀਆਂ ਨੇ ਇਹੀ ਮੈਂ ਫਿਰ ਆਬੂ ਜੀ ਮੈਂ ਘਰ ਜਾ ਰਿਹਾ ਜਿੰਨਾ ਚਾਚੂ ਜੀ ਉਹਨਾਂ ਨੇ ਬਾਲਟੀ ਮੰਗੀ ਮੈਂ ਬਾਲਟੀ ਲੈ ਕੇ ਆ ਜਾਂਦਾ ਚਲੋ ਉਹ ਵੀ ਲੈ ਜਾਂਦੇ ਤੂੰ ਇੰਜ ਕਰ ਰਹੀ ਨਾ ਕੂਲਰ ਲੱਭ ਜਾ ਵੀ ਧੋਈ ਲੈ ਜਾਂਦੇ ਕੂਲਰ ਲੈ ਜਾਂਦੇ ਉਹ ਪਾਣੀ ਚਲੋ ਠੀਕ ਕੂਲਰ ਵਗੈਰਾ ਜਿੰਨਾ ਮੈਂ ਲੈ ਕੇ ਆ ਇਸ ਵਜ੍ਹਾ ਜਿੰਨਾ ਮੈਂ ਘਰ ਜਾ ਰਿਹਾ ਤਾਂ ਕਰੋ ਜਿੰਨਾ ਕੂਲਰ ਵਗੈਰਾ ਚੁੱਕ ਕੇ ਫਿਰ ਜਿੰਨਾ ਆ ਜਾਵਾਂਗਾ ਹਾਂਜੀ ਤਾਂ ਇੱਥੇ ਜਿੰਨਾ ਪਹੁੰਚਿਆ ਅਤੇ ਅੰਮੀ ਜੀ ਇੱਕ ਕੂਲਰ ਅਤੇ ਬਰਫ਼ ਜਿੰਨਾ ਥੋੜ੍ਹੀ ਬਹੁਤ ਦੇ ਦਿਓ ਚਲੋ ਠੀਕ ਹੋ ਗਿਆ ਮੈਂ ਮੁੜ ਕੇ ਸਬਜ਼ੀ ਸੁਬਜ਼ੀ ਲੈ ਆਵਾਂ ਚਲੋ ਠੀਕ ਆਲੂ ਤਾਂ ਪਏ ਨੇ ਤਾਂ ਮੈਂ ਸੋਚੀ ਹਾਂ ਵੀ ਥੋੜ੍ਹਾ ਜਿਹਾ ਵਿੱਚ ਗੋਸ਼ਤ ਜਿਹਨ ਲਏ ਮੈਂ ਤਾਂ ਹਾਂਜੀ ਚਲੋ ਠੀਕ ਅਤੇ ਉਹ ਥੋੜ੍ਹਾ ਥੋੜ੍ਹਾ ਕਰਕੇ ਵਿੱਚ ਜਿਹੜਾ ਪਾਲਸਾਂ ਅਤੇ ਰੋਟੀਆਂ ਜਿਹੜੀਆਂ ਉਹ ਇੰਤਜ਼ਾਮ ਕਰਨ ਕੱਪੜੇ ਦੋ ਆਈਆਂ ਆਪ ਜਿਹੜਾ ਨਾ ਆਈਆਂ ਪੀਟਰ ਤੇ ਹਾਂ ਚਲੋ ਠੀਕ ਬਿਜਲੀ ਚੱਲੂ ਹੈ ਹੁਣ ਅੱਛਾ ਹਾਂਜੀ ਤੇ ਤਾਂ ਪਰ ਮੈਂ ਚਲੋ ਕੂਲਰ ਵਗੈਰਾ ਚੁੱਕ ਕੇ ਦੇ ਦਿਓ ਚਲ ਠੀਕ ਹੋ ਗਿਆ ਹਾਂਜੀ ਤੇ ਅੰਮੀ ਜੀ ਨੇ ਕੂਲਰ ਨਿਕਾਲ ਲਿਆ ਮੈਨੂੰ ਦੇ ਦਿਓ ਹਾਂਜੀ ਗਿਲਾਸ ਆਪਣਾ ਉੱਥੇ ਅੱਗੇ ਹੀ ਵਿੱਚ ਹਾਂ ਗਿਲਾਸ ਉੱਥੇ ਪਾਣੀ ਜਿੰਨਾ ਉੱਥੋਂ ਭਰ ਲਵਾਂਗਾ ਮੈਂ ਬਾਹਰ ਕੇ ਤੇ ਵਿੱਚ ਨਲਕਾ ਲੱਗਾ ਉੱਥੇ ਮੋਟਰ ਲੱਗੀ ਹੋਈ ਉੱਥੋਂ ਜਿੰਨਾ ਭਰ ਲਵਾਂਗਾ ਤੇ ਮੈਂ ਵੀ ਜਿਹੜਾ ਹੁਣ ਲਈ ਆਵਾਂ ਸਬਜ਼ੀ ਸੁਬਜ਼ੀ ਤੇ ਸਵੇਰਾ ਨੂੰ ਆ ਕੇ ਤੁਸੀਂ ਜਿਹੜਾ ਮਸਾਲਾ ਮਸੂਲਾ ਬਣਾ ਤੇ ਆ ਵਿਲਾਗ ਕਰਨੇ ਇੱਥੇ ਇੱਕ ਤਾਂ ਮਾਂ ਦੇ ਬੈਠ ਹਾਂਜੀ ਇਜਾਜ਼ਤ ਅੱਲਾ ਫੇਸ ਅੱਲਾ ਲਈ ਅੱਲਾ ਫੇਸ